ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਕਰ ਸੰਗਤਾਂ ਦੀ ਸੇਵਾ ਬਚਨ ਕੋਈ ਮੋੜੀ ਨਾ। ਨਾਨਕ ਜੀ ਬਾਬੇ ਬਕਾਲਾ ਸਾਹਮਣ ਨੂੰ ਚੱਲੇ ਸੀ, ਬੂਹੇ ਤੇ ਤੇਲ ਚਵਾਓ, ਬੂਹੇ ਤੇ ਤੇਲ ਚਵਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ, ਗਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ। ਇਹਨਾਂ ਦੇ ਨਾਲ ਪਾਈ ਬਾਲਾ ਮਰਦਾਨਾ ਸੀ, ਇਹਨਾਂ ਦੇ ਨਾਲ ਪਾਈ ਬਾਲਾ ਮਰਦਾਨਾ ਸੀ, ਇਹਨਾਂ ਦੀ ਜੋਟੀ ਜਾਣੇ ਸਾਰਾ ਜਮਾਨਾ ਸੀ, ਬੂਹੇ ਤੇ ਤੇਲ ਚਵਾਓ। ਬਾਬੇ ਦਾ ਵਿਆਹ ਤੇ ਸਭ ਨੂੰ ਚਾਹੇ ਤਸਵੀਰਾਂ ਤੁਹਾਨੂੰ ਨਾਲ ਨਾਲ ਦਿਖਾਵਾਂਗੇ। ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਵਣ ਆਇਆ। ਸੋ ਇਹ ਤਸਵੀਰਾਂ ਸੁਲਤਾਨਪੁਰ ਲੋਧੀ ਦੀ ਉਸ ਮੁਕੱਦਸ ਸਥਾਨ ਤੋਂ ਨਹੀਂ ਜਿੱਥੇ ਕਿ ਸੰਗਤਾਂ ਦਾ ਹਜ਼ੂਮ ਜਿਹੜਾ ਹੈ ਉਮੜਿਆ ਹੋਇਆ, ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਨੇ। ਸੰਗਤਾਂ ਦਾ ਹਜ਼ੂਮ ਆਪਣੇ ਆਪ ਦੇ ਵਿੱਚ ਉਸ ਉਤਸ਼ਾਹ ਨੂੰ ਦਿਖਾ ਰਿਹਾ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਲੋਕਾਂ ਨੂੰ ਕਿੰਨਾ ਚਾਅ ਹੈ। ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਕਿੰਨਾ ਕੁ ਚਾਅ ਚੜਿਆ ਹੈ? ਅੱਜ ਬਹੁਤ ਵਧੀਆ ਚਾਹ ਚੜਿਆ। ਅੱਜ ਤੇ ਜਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਾਲ ਦਾ ਦਿਨ ਲੱਭਿਆ ਨਹੀਂ ਲੱਭਣਾ, ਬਹੁਤ ਜ਼ਿਆਦਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਬਹੁਤ ਜ਼ਿਆਦਾ ਸਾਰੀ ਸੰਗਤ ਕਿਆ ਖੁਸ਼ੀਆਂ ਮਾਣ ਰਹੀ ਆ, ਮੁੜ ਮੁੜ ਕੇ ਦਿਨ ਮਾਮਾ ਨਾਲ ਖੁਸ਼ੀਆਂ ਭਰਾ ਲਿਆਵੇ ਸੱਚੇ ਪਾਤਸ਼ਾਹ। ਬਟਾਲਾ ਨਹੀਂ ਜਾ ਰਿਹਾ ਜੀ, ਤਲਵੰਡੀ ਤੋਂ ਇੱਥੋਂ ਵਾਪਸੀ ਆ ਸਾਡੀ ਜੀ। ਉੱਥੇ ਰਣਬੀਰ ਸਾਹਿਬ ਜਾ ਰਹੇ ਹਾਂ ਦਰਬਾਰ ਸਾਹਿਬ ਦੇ ਵਿੱਚ, ਜਿੱਦਾਂ ਆਪਣੀ ਸੇਵਾ ਨਿਭਾ ਰਹੇ ਹਾਂ ਉੱਥੇ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੀ ਸੇਵਾ ਕਰਾਂਗੇ ਉੱਥੇ ਜਾ ਕੇ, ਜਿਹੜੀਆਂ ਸੰਗਤਾਂ ਗਈਆਂ ਉਹਨਾਂ ਦੀਆਂ ਬਾਬਾ ਨਾਨਕ ਜੀ ਉੱਥੇ ਹਾਜ਼ਰੀਆਂ ਲਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਬਦ ਆਉਂਦਾ ਕੋਈ? ਹਾਂਜੀ ਸੁਣਾ ਦੋ। ਕਿਹੜਾ ਕਿੰਨਾ ਕਿਹੜਾ ਸੁਣਾ ਦੋ ਬਾਬੇ ਨਾਨਕ ਦਾ ਕੋਈ ਵੀ ਸੁਣਾ। ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਕਰ ਸੰਗਤਾਂ ਦੀ ਸੇਵਾ ਬਚਨ ਕੋਈ ਮੋੜੀ ਨਾ, ਕਰ ਸੰਗਤਾਂ ਦੀ ਸੇਵਾ ਬਚਨ ਕੋਈ ਮੋੜੀ ਨਾ। ਸੇਵਾ ਕਰਕੇ ਬੂੜੇ ਜੀ ਨੇ ਫਲ ਪਾਇਆ ਸੀ, ਬੂੜੇ ਤਾਂ ਗੁਰ ਬੁੱਢੇ ਸਹਿਬ ਕਹਾਇਆ ਸੀ। ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਕਰ ਸੰਗਤਾਂ ਦੀ ਸੇਵਾ ਬਚਨ ਕੋਈ ਮੋੜੀ ਨਾ। ਸੇਵਾ ਕਰਕੇ ਅਮਰੂ ਨੇ ਫਲ ਪਾਇਆ ਸੀ, ਅਮਰੂ ਤਾਂ ਗੋਰੇ ਅਮਰਦਾਸ ਕਹਾਇਆ ਸੀ। ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ, ਕਰ ਸੰਗਤਾਂ ਦੀ ਸੇਵਾ ਬਚਨ ਕੋਈ ਮੋੜੀ ਨਾ, ਕਰ ਸੰਗਤਾਂ ਦੀ ਸੇਵਾ ਬਚਨ ਕੋਈ ਮੋੜੀ ਨਾ। ਨਾਨਕ ਜੀ ਬਾਬੇ ਬਕਾਲਾ ਸਾਹਮਣ ਨੂੰ ਚੱਲੇ ਸੀ, ਬੂਹੇ ਤੇ ਤੇਲ ਚਵਾਓ, ਬੂਹੇ ਤੇ ਤੇਲ ਚਵਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ, ਗਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ। ਇਹਨਾਂ ਦੇ ਨਾਲ ਪਾਈ ਬਾਲਾ ਮਰਦਾਨਾ ਸੀ, ਇਹਨਾਂ ਦੇ ਨਾਲ ਪਾਈ ਬਾਲਾ ਮਰਦਾਨਾ ਸੀ, ਇਹਨਾਂ ਦੀ ਜੋਟੀ ਜਾਣੇ ਸਾਰਾ ਜਮਾਨਾ ਸੀ, ਬੂਹੇ ਤੇ ਤੇਲ ਚਵਾਓ, ਬੂਹੇ ਤੇ ਤੇਲ ਚਵਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ, ਗਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ। ਤੇੜ ਤਾਂ ਇਹਨਾਂ ਦੇ
ਲਾਈਆਂ ਲਗੋਟੀਆਂ ਹੱਥਾਂ ਵਿੱਚ ਇਹਨਾਂ ਦੇ ਫੜੀਆਂ ਨੇ ਪੋਥੀਆਂ। ਇਹ ਗੱਲ ਫੱਬਦੀ ਨਹੀਂ, ਇਹ ਗੱਲ ਫੱਬਦੀ ਨਹੀਂ ਵੇ ਲਾੜਿਆ, ਸੇਰਾ ਹਟਾ ਕੇ ਪਿੱਛੇ ਬਈ ਬਈ ਵੇ ਲਾੜਿਆ, ਸੇਰਾ ਹਟਾ ਕੇ ਪਿੱਛੇ ਬਈ। ਇਹਦੀ ਤਾਂ ਸਿਫਤ ਕਰੇ ਜਗ ਸਾਰਾ ਜੀ, ਸੱਪ ਖੜੱਪੇ ਨੂੰ ਕਰਦੇ ਨੇ ਸ਼ਾਮਾ ਜੀ। ਬੂਹੇ ਤੇ ਤੇਲ ਚਵਾਓ, ਬੂਹੇ ਤੇ ਤੇਲ ਚਵਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ, ਗਾਓ ਨੀ ਕੁੜੀਓ, ਗੀਤ ਖੁਸ਼ੀ ਦੇ ਗਾਓ। ਲਾੜਾ ਤਾਂ ਸੁਣੀ ਦਾ ਲਾਮੇ ਲਿਆਉਂਦਾ ਜੀ, ਲਾੜਾ ਤਾਂ ਸੁਣੀ ਦਾ ਲਾਮੇ ਲਿਆਉਂਦਾ ਜੀ। ਇਹ ਗੱਲ ਫੱਬਦੀ ਨਹੀਂ, ਇਹ ਗੱਲ ਫੱਬਦੀ ਨਹੀਂ ਜੀ ਲਾੜਿਆ, ਸੇਰਾ ਹਟਾ ਕੇ ਪਿੱਛੇ ਬਈ ਬਈ ਜੀ ਲਾੜਿਆ, ਸੇਰਾ ਹਟਾ ਕੇ ਪਿੱਛੇ ਬਈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸੋ ਅੱਜ ਬਾਬੇ ਨਾਨਕ ਦੇ ਰੰਗਾਂ ਵਿੱਚ ਰੰਗੀ ਹੋਈ ਸੰਗਤ ਨਜ਼ਰ ਆ ਰਹੀ ਹੈ, ਔਰ ਉਹਨਾਂ ਦੀ ਖੁਸ਼ੀ, ਬਾਬੇ ਨਾਨਕ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਸੰਗਤ ਦਾ ਹਜ਼ੂਮ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਅੱਜ ਕਿੰਨਾ ਚਾਹ ਸੰਗਤਾਂ ਦੇ ਵਿੱਚ। ਔਰ ਅੱਜ ਨਗਰ ਕੀਰਤਨ ਜਿਹੜਾ ਹੈ ਬਰਾਤ ਦੇ ਰੂਪ ਦੇ ਵਿੱਚ ਅੱਜ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਸਾਹਿਬ ਜਾਏਗਾ, ਔਰ ਇਹ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ, ਹਜ਼ੂਮ ਹੈ, ਆਪਣੇ ਆਪ ਦੇ ਵਿੱਚ ਉਸ ਖੁਸ਼ੀ ਨੂੰ ਦਰਸਾ ਰਿਹਾ ਕਿ ਅੱਜ ਲੋਕਾਂ ਦੇ ਵਿੱਚ ਕਿੰਨਾ ਚਾਹ ਹੈ। ਥਾਂ ਥਾਂ ਤੇ ਲੋਕ ਰੋ ਕੇ ਸੰਗਤਾਂ ਅੱਜ ਇਸ ਨਗਰ ਕੀਰਤਨ ਦੇ ਵਿੱਚ ਨਾਲ ਦੀ ਨਾਲ ਸ਼ਾਮਿਲ ਹੋ ਰਹੀਆਂ ਨੇ। ਔਰ ਦੂਸਰੇ ਪਾਸੇ ਤੁਸੀਂ ਤਸਵੀਰਾਂ 'ਚ ਦੇਖੋ ਕਿਵੇਂ ਟਰੈਕਟਰਾਂ ਦੇ ਉੱਤੇ ਜਾਂ ਆਪਣੇ ਆਪਣੇ ਵਾਹਨਾਂ ਦੇ ਉੱਤੇ ਲੋਕ ਜਿਹੜੇ ਨੇ ਰਸਤੇ ਦੇ ਵਿੱਚ ਜਿਹੜੇ ਪਿੰਡ ਨੇ ਉੱਥੇ ਰੁਕ ਰੁਕ ਕੇ ਨਗਰ ਕੀਰਤਨ ਦਾ ਸਵਾਗਤ ਵੀ ਕਰ ਰਹੇ ਨੇ, ਔਰ ਨਾਲ ਹੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਕੇ ਬਟਾਲਾ ਸਾਹਿਬ ਦੇ ਲਈ ਰਵਾਨਾ ਵੀ ਹੋ ਰਹੇ ਨੇ, ਔਰ ਅੱਜ ਉੱਥੇ ਹੀ ਵਿਆਹ ਦੇ ਸਮਾਗਮ ਜਿਹੜੇ ਨੇ ਕੱਲ ਯਾਨੀ ਕਿ 10 ਤਰੀਕ ਨੂੰ ਮਨਾਏ ਜਾਣਗੇ। ਔਰ ਜਿਵੇਂ ਗੁਰਬਾਣੀ ਦੇ ਇਸ ਕੋਟੇਸ਼ਨ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਜਿਸ 'ਚ ਲਿਖਿਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਬਣ ਆਇਆ, ਸੰਤ ਜਨਾ ਮਿਲ ਮੰਗਲ ਗਾਏ, ਹਰ ਜੋ ਆਪ ਸਵਾਰੀ, ਸੁਰਨਰ ਗਣ ਗੰਧਰਵ ਮਿਲ ਆਏ, ਅਪੂਰਵ ਜੰਜ ਬਣਾਈ। ਸੋ ਇਹ ਜਿਹੜੀਆਂ ਕੋਟੇਸ਼ਨਸ ਨੇ ਆਪਣੇ ਆਪ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਬਿਆਨ ਕਰ ਰਹੀਆਂ ਨੇ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਮੌਕੇ ਇਹ ਗਾਈਆਂ ਵੀ ਜਾਂਦੀਆਂ ਨੇ। ਅੱਜ ਅਸੀਂ ਦੇਖਿਆ ਕੱਲ ਤੋਂ ਹੀ ਤਕਰੀਬਨ ਜਿਹੜੇ ਗੁਰਮਤਿ ਸਮਾਗਮ ਸੀ ਸ਼ੁਰੂ ਹੋ ਗਏ ਸੀ, ਔਰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਵੀ ਹੋ ਰਿਹਾ ਸੀ, ਸੰਗਤ ਨੂੰ ਉਸ ਸਮੇਂ ਦੇ ਨਾਲ ਜੋੜਿਆ ਜਾ ਰਿਹਾ ਸੀ, ਸੰਗਤ ਨੂੰ ਉਸ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਸੀ, ਜਦੋਂ ਅੱਜ ਦੇ ਦਿਨ ਬਰਾਤ ਜਿਹੜੀ ਹੈ ਸੁਲਤਾਨਪੁਰ ਲੋਧੀ ਤੋਂ, ਗੁਰੂ ਨਾਨਕ ਦੇਵ ਜੀ ਦੀ ਬਰਾਤ ਜਿਹੜੀ ਹੈ ਸੁਲਤਾਨਪੁਰ ਲੋਧੀ ਦੇ ਇਸ ਪਵਿੱਤਰ ਅਸਥਾਨ ਤੋਂ ਗਈ ਸੀ ਬਟਾਲਾ ਸਾਹਿਬ, ਔਰ ਇਸੇ ਤਰ੍ਹਾਂ ਅੱਜ ਉਸੇ ਯਾਦ ਦੇ ਵਿੱਚ ਉਸ ਇਤਿਹਾਸ ਨੂੰ ਯਾਦ ਕਰਦਿਆਂ ਹੋਇਆਂ ਉਸੇ ਤਰ੍ਹਾਂ ਸਮਾਗਮ ਜਿਹੜੇ ਨੇ ਕਰਵਾਏ ਜਾਂਦੇ ਨੇ। ਔਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਇੱਥੇ ਸੁਸ਼ੋਭਿਤ ਨੇ। ਕੱਲ ਤੋਂ ਹੀ ਤਸਵੀਰਾਂ ਦਿਖਾ ਰਹੇ ਸੀ ਸੁਲਤਾਨਪੁਰ ਲੋਧੀ ਇਤਿਹਾਸਿਕ ਧਰਤੀ, ਜਿਹਦਾ ਕਿ ਸਿੱਧਾ ਸੰਬੰਧ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੇ ਨਾਲ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 14 ਸਾਲ ਇੱਥੇ ਬਿਤਾਏ ਨੇ, ਔਰ ਚਾਹੇ ਫਿਰ ਗੁਰਦੁਆਰਾ ਹੱਟ ਸਾਹਿਬ ਦੀ ਗੱਲ ਕਰ ਲਈਏ, ਗੁਰਦੁਆਰਾ ਕੋਟਲੀ ਸਾਹਿਬ ਦੀ ਗੱਲ ਕਰ ਲਈਏ, ਹੱਟ ਸਾਹਿਬ ਦੇ ਵਿੱਚ ਅੱਜ ਵੀ ਉਹ ਪੁਰਾਣੇ ਪੱਥਰ ਪਏ ਨੇ ਜਿਨ੍ਹਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ 13-13 ਤੋਲਿਆ ਕਰਦੇ ਸੀ, ਉਹ ਕੋਠੜੀ ਅੱਜ ਵੀ ਮੌਜੂਦ ਹੈ ਯਾਦ ਦੇ ਵਿੱਚ, ਜਿੱਥੇ ਕਿ ਦੌਲਤ ਖਾਂ ਮੋਦੀ ਦੇ ਵੱਲੋਂ ਕੋਠੜੀ ਜਬਾੜ ਕੇ ਗੁਰੂ ਸਾਹਿਬ ਦੇ ਨਾਲ ਹਿਸਾਬ ਕੀਤਾ ਗਿਆ ਸੀ, ਜਦੋਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਨਾਨਕ ਤਾਂ ਲੋਕਾਂ ਨੂੰ 13-13 ਤੋਲਦਾ ਔਰ
ਸਾਰਾ ਮੋਦੀਖਾਨਾ ਲੁਟਾ ਦਿੱਤਾ। ਸੋ ਉਸ ਯਾਦ ਦੇ ਵਿੱਚ ਗੁਰਦੁਆਰਾ ਕੋਟੀ ਸਾਹਿਬ ਜਿਹੜਾ ਹੈ ਉਹ ਵੀ ਮੌਜੂਦ ਹੈ। ਉੱਥੇ ਤਕਰੀਬਨ 3 ਵਾਰ ਹਿਸਾਬ ਹੋਏ ਸੀ ਔਰ ਜਦ ਤੀਜੀ ਵਾਰ ਹਿਸਾਬ ਕੀਤਾ ਤਾਂ 760 ਰੁਪਏ ਜਿਹੜੇ ਨੇ ਉਹ ਮੋਦੀਖਾਨੇ ਵੱਲ ਵਾਧੇ ਪਾਏ ਗਏ। ਸੋ ਉਹਨਾਂ ਯਾਦਾਂ ਨੂੰ ਤਰੋ ਤਾਜ਼ਾ ਕਰਦੇ ਹੋਏ ਹਰ ਸਾਲ ਇਸੇ ਤਰ੍ਹਾਂ ਗੁਰਪੁਰਬ ਯਾਨੀ ਕਿ ਵਿਆਹ ਗੁਰਪੁਰਬ ਬਾਬੇ ਨਾਨਕ ਦਾ ਮਨਾਇਆ ਜਾਂਦਾ ਔਰ ਇਸ ਵਾਰ 537ਵਾਂ ਵਿਆਹ ਗੁਰਪੁਰਬ ਜਿਹੜਾ ਮਨਾਇਆ ਜਾ ਰਿਹਾ ਔਰ ਉਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸੰਗਤਾਂ ਦਾ ਜਿਹੜਾ ਹਜ਼ੂਮ ਹੈ ਹਾਲੇ ਲੜੀ ਟੁੱਟ ਨਹੀਂ ਰਹੀ। ਸੰਗਤਾਂ ਜਿਹੜੀਆਂ ਨੇ ਉਹ ਇੰਨੀ ਖੁਸ਼ੀ ਦੇ ਨਾਲ ਸ਼ਾਮਿਲ ਹੋ ਰਹੀਆਂ ਨੇ। ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ ਕਿ ਹਾਲੇ ਤੱਕ ਤਕਰੀਬਨ ਅਸੀਂ ਜਿੰਨੀ ਦੇਰ ਤੋਂ ਇੱਥੇ ਖੜੇ ਹਾਂ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਟੁੱਟਣ ਦਾ ਨਾਮ ਹੀ ਲੈ